ठाकर प्रतिपालक नायक खसम हमारे, निमक निमक तुम ही प्रतिपालो हम बारक तुमरे तारे, जीवा एक कवन गुण कही है बेसुमार बेअंत स्वामी, तेरो अंत न कन्ही लही है कोट अपराध हमारे खंडो अनक विधि समझावो, हम अज्ञान अल्प मत थोरी तुम अपन बेजर खावो, तुमरी शरण तुम्हारी आसा तुम ही सज्जन सहेले रखो राखन हार तेरा नानक करके बोले। गुरु प्यारियो आओ कोई विचार सांझी करन तो पहला कलगी पातशाह दी बख्शिश फतेह दी सांझ पाउण दा जतन करिए। पंजाबी दे विद्वान ने कुछ लाइनां बहुत सुंदर लिखियां ने फतेह दे बारे विच। ओकले शेरां दे मुंह चो निकले कारज सदा, ओ म्याऊं म्याऊं करी जाणा कम्म हुंदा बिल्ली दा, दो सिंघ आपो विच फाटे दी जां सिर पा दे ओ फायदा नहीं हुंदा कोई, बुलाई फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਸਤਿਗੁਰੂ ਦੇ ਸੇਵਕੋ, ਬੜੀ ਹੀ ਦਰਦਨਾਕ ਘਟਨਾ ਹੈ, ਮੇਰੇ ਤੋਂ ਵੱਧ ਗੁਰੂ ਨੂੰ ਪਿਆਰ ਕਰਨ ਵਾਲੇ, ਮੇਰੇ ਤੋਂ ਵੱਧ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ, ਮੇਰੇ ਤੋਂ ਵੱਧ ਸਤਿਗੁਰ ਦੀਆਂ ਸੇਵਾਵਾਂ ਕਰਨ ਵਾਲੇ ਤੁਸੀਂ ਮੇਰੇ ਵੀਰ ਮੇਰੇ ਬਜ਼ੁਰਗ। ਪਿਆਰਿਓ ਜਿਹੜੀ 2 ਸਾਲ ਪਹਿਲਾਂ ਪੰਜਾਬ ਦੀ ਧਰਤੀ 'ਤੇ ਘਟਨਾ ਵਾਪਰੀ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀ ਘਟਨਾ, ਉਹਦੇ ਰੋਸ ਦੇ ਵਿੱਚ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕੇ ਇਹਨਾਂ ਹੀ ਅਸਥਾਨਾਂ 'ਤੇ ਧਰਨੇ ਦਿੱਤੇ ਤਾਂ ਕਿ ਸਾਡੇ ਸਤਿਗੁਰੂ ਦੀ ਹੋਈ ਤਹੀਨ ਦਾ ਬਦਲਾ ਲਿਆ ਜਾਵੇ, ਜਿਸ ਨੇ ਸਤਿਗੁਰ ਦੀ ਬੇਅਦਬੀ ਕੀਤੀ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਤੇ ਗੁਰੂ ਪਿਆਰਿਓ, ਸਰਕਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਾ ਸਰਕੀ, ਨਾ ਸਤਿਗੁਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੋਈ ਸਜ਼ਾ ਦਿੱਤੀ ਗਈ, ਸਗੋਂ ਗੁਰੂ ਪਿਆਰਿਓ ਤੁਸੀਂ ਸਾਰੇ ਜਾਣਦੇ ਹੋ ਬਹੁਤ ਇਸਤਕਾਰਯੋਗ ਬਾਬਾ ਜੀ ਮੇਰੇ ਵੀਰ ਵੀ ਨੇ, ਬਾਬਾ ਬਲਜੀਤ ਸਿੰਘ ਜੀ, ਬਹੁਤ ਇਸਤਕਾਰਯੋਗ ਧਿਆਨ ਸਿੰਘ ਜੀ ਮੰਡ, ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਆਪ ਸਮੁੱਚੀਆਂ ਸੰਗਤਾਂ ਨੇ ਉਸ ਸਮੇਂ ਵੀ ਇਸੇ ਤਰ੍ਹਾਂ ਇਕੱਠ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਧਰਨੇ ਦਿੱਤੇ, ਸਰਕਾਰਾਂ ਦੇ ਸਾਹਮਣੇ ਰੋਸ ਪ੍ਰਗਟ ਕੀਤਾ ਕਿ ਸਾਡੇ ਸਤਿਗੁਰ ਦੀ ਤੁਹੀਨ ਦੇ ਦਾ ਇੱਕ ਸ਼ਬਦ ਵੀ ਸਿੱਖ ਸੁਣ ਕੇ ਸਹਾਰ ਨਹੀਂ ਸਕਦਾ, ਤੇ ਸਤਿਗੁਰ ਦੀ ਇੰਨੀ ਘੋਰ ਬੇਅਦਬੀ ਸਿੱਖ ਕਿਵੇਂ ਸਹਾਰ ਲਵੇਗਾ। ਸਿੱਖ ਆਪਣੀ ਜ਼ਿੰਦਗੀ 'ਤੇ ਲਾ ਸਕਦਾ ਏ, ਆਪਣੀ ਜਾਨ ਦੀ ਕੁਰਬਾਨੀ ਦੇ ਸਕਦਾ ਏ, ਆਪਣਾ ਸੀਸ ਸਤਿਗੁਰ ਤੋਂ ਵਾਰ ਸਕਦਾ ਏ, ਲੇਕਿਨ ਸਤਿਗੁਰ ਦੀ ਇੰਨੀ ਤੁਹੀਨ, ਸਤਿਗੁਰ ਦੀ ਬੇਅਦਬੀ ਕਦੇ ਵੀ ਸਹਾਰ ਨਹੀਂ ਸਕਦਾ। ਇੱਥੇ ਰੋਸ ਕਰਦਿਆਂ ਸਰਕਾਰ ਦੇ ਹੁਕਮ 'ਤੇ ਪੁਲਿਸ ਨੇ ਗੋਲੀਆਂ ਚਲਾਈਆਂ। ਪਿਆਰਿਓ, ਸਾਨੂੰ ਸਭ ਨੂੰ ਪਤਾ 2 ਕਲਗੀਧਰ ਦੇ ਲਾਲਾਂ ਨੇ ਸ਼ਹਾਦਤ ਦੇ ਜਾਮ ਵੀ ਪੀਤੇ, ਨਾ ਤੇ ਉਹਨਾਂ 'ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਅੱਜ ਤੱਕ ਸਜ਼ਾ ਦਿੱਤੀ ਗਈ, ਨਾ ਸਾਡੇ ਸਤਿਗੁਰ ਦੀ ਬੇਅਦਬੀ ਕਰਨ ਵਾਲੇ ਨੂੰ ਅੱਜ ਤੱਕ ਗ੍ਰਿਫਤਾਰ ਕੀਤਾ ਗਿਆ। ਕਾਰਨ ਕੀ? ਕਿਉਂਕਿ ਗੁਰੂ ਪਿਆਰਿਓ, ਜਿਹਨੇ ਆਪ ਹੀ ਕੋਈ ਕਾਂਡ ਕਰਵਾਇਆ ਹੋਵੇ, ਜਿਹਨੇ ਆਪ ਹੀ ਕੁਝ ਕਰਵਾਇਆ ਹੋਵੇ, ਤੇ ਉਹ ਸਜ਼ਾ ਕਿਵੇਂ ਦੇਵੇਗਾ? ਉਹ ਟਾਲ ਮਟੋਲ ਤੇ ਕਰਦਾ ਰਹੇਗਾ, ਪਰ ਕਲਗੀਧਰ ਦੇ ਲਾਲ ਜਦੋਂ ਜਿਹੜਾ ਕਾਨੂੰਨ ਹੈ ਸਜ਼ਾ ਨਾ ਦੇਵੇ, ਕਾਨੂੰਨ ਨੂੰ ਇੱਕ ਵਾਰ ਤੇ ਬੰਗਾਰ ਵੀ ਪਾ ਦਿੰਦੇ ਨੇ ਕਿ ਕਾਨੂੰਨ ਆਪਣੀਆਂ ਧਰਾਵਾਂ ਦੇ ਮੁਤਾਬਕ ਉਸ ਦੋਸ਼ੀ ਨੂੰ ਸਜ਼ਾ ਦੇਵੇ, ਜਦੋਂ ਕਾਨੂੰਨ ਸਜ਼ਾ ਨਹੀਂ ਦਿੰਦਾ ਤੇ ਕਲਗੀਧਰ ਦੇ ਲਾਲ ਆਪ ਹੱਥ ਦੇ ਵਿੱਚ ਤਲਵਾਰ ਤੀਰ ਬੰਦੂਕ ਆਦਿ ਫੜ ਕੇ ਫਿਰ ਆਪਣਾ ਜਿਹੜਾ ਹੱਕ ਉਹ ਲੈ ਲੈਂਦੇ ਨੇ। ਪਿਆਰਿਓ, ਅਜੇ ਵੀ ਸਿੱਖ ਜਿਹੜਾ ਉਹ ਬੜਾ ਸ਼ਾਂਤ ਹੈ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਜਿੰਨਾ ਚਿਰ ਸਿੱਖ ਸ਼ਾਂਤ ਹੈ ਇਹ ਠੰਡਾ ਵੀ ਬੜਾ ਹੈ, ਇਹ ਸੁਖਮਨੀ ਸਾਹਿਬ ਦੇ ਜਾਪ ਕਰਦਾ ਰਹਿੰਦਾ ਹੈ, ਪਰ ਜਦੋਂ ਇਹਦਾ ਖੂਨ ਗਰਮ ਹੋ ਜਾਵੇ ਤੇ ਗੁਰੂ ਪਿਆਰਿਓ ਫਿਰ ਦੁਸ਼ਮਣ ਨੂੰ ਬਚਣਾ ਵੀ ਬੜਾ ਔਖਾ ਹੋ ਜਾਂਦਾ ਹੈ। ਸੱਚਮੁੱਚ ਅਸੀਂ ਠੰਡੇ ਬੜੇ ਹਾਂ, ਅਸੀਂ ਪਾਣੀ ਪੜਦੇ ਠੰਡੇ ਸੀ, ਪਰ ਸਾਨੂੰ ਪਟਾਇਆ ਜਾਂਦਾ ਹੈ। ਗੁਰੂ ਪਿਆਰਿਓ, ਅਸੀਂ ਅੱਤਵਾਦੀ ਨਹੀਂ, ਸਾਨੂੰ ਬਣਾਇਆ ਜਾਂਦਾ ਹੈ, ਕਿਉਂਕਿ ਅਸੀਂ ਉਹ ਦੇਸ਼ ਜਿਹਦੇ ਲਈ ਕਿਤੇ 92% ਕੁਰਬਾਨੀਆਂ ਲਿਖੀਆਂ, ਕਦੇ ਇਤਿਹਾਸਕਾਰਾਂ ਨੇ ਉਦੋਂ ਘੱਟ ਵੀ ਲਿਖੀਆਂ, ਉਸ ਦੇਸ਼ ਦੇ ਅੰਦਰ ਅਸੀਂ ਰਹਿ ਰਹੇ ਹਾਂ ਜਿਹਦੇ ਲਈ 92% ਕੁਰਬਾਨੀਆਂ ਕੀਤੀਆਂ ਤੇ 2% ਸਾਡੀ ਆਬਾਦੀ ਸੀ, ਤੇ ਧੱਬਾ ਲਗਾ ਦਿੱਤਾ ਗਿਆ। ਕਹਿੰਦੇ ਜੀ ਇਹ ਲੋਕ ਜਰਾਇਮ ਪੇਸ਼ਾ ਨੇ, ਇਹ ਲੋਕ ਅੱਤਵਾਦੀ ਨੇ, ਇਹ ਲੋਕ ਬਾਗੀ ਨੇ, ਇਹਨਾਂ ਤੇ ਸਖ਼ਤ ਨਜ਼ਰ ਰੱਖੀ ਜਾਵੇ। ਗੁਰੂ ਪਿਆਰਿਓ, ਕਿੰਨਾ ਚੰਗਾ ਹੁੰਦਾ ਕਿਤੇ ਜਦੋਂ
ਅੰਗਰੇਜ਼ ਸਾਡਾ ਦੇਸ਼ ਛੱਡ ਕੇ ਗਏ। ਇਸ ਦੇਸ਼ ਦੇ ਦੋ ਹਿੱਸੇ ਹੋਏ, ਕਿੰਨਾ ਚੰਗਾ ਹੁੰਦਾ ਜੇ ਉਸ ਦਿਨ ਦੇ ਤਿੰਨ ਹਿੱਸੇ ਹੋ ਜਾਂਦੇ। ਸਾਡਾ ਖਾਲਿਸਤਾਨ ਸਾਨੂੰ ਮਿਲ ਜਾਂਦਾ ਤੇ ਅੱਜ ਸਾਡੇ ਸਤਿਗੁਰ ਦੀ ਕੋਈ ਬੇਅਦਬੀ ਨਾ ਕਰਦਾ, ਸਾਡੇ ਕਾਲਜੇ ਨਾ ਬੁਲੰਦ ਰਹਿ ਜਾਂਦੇ। ਇਸ ਦੁਸ਼ਮਣ ਨੇ ਸਾਡੇ ਕਾਲਜੇ ਨੂੰ ਹੱਥ ਪਾਇਆ, ਪਰ ਸਿੱਖ ਅਜੇ ਵੀ ਠੰਡੇ ਨੇ, ਸਿੱਖ ਅਜੇ ਵੀ ਸ਼ਾਂਤ ਬੈਠੇ ਨੇ ਕਿ ਸਾਨੂੰ ਸ਼ਾਂਤਮਈ ਰਹਿੰਦਿਆਂ ਨੂੰ ਕਾਨੂੰਨ ਦੁਸ਼ਮਣ ਨੂੰ ਸਜ਼ਾ ਦੇਵੇ, ਸਾਨੂੰ ਸਾਡੇ ਹੱਕ ਮਿਲਣ। ਕਿਰਪਾ ਜੀ, ਕਦੇ ਅਸੀਂ ਹੱਕਾਂ ਦੀ ਗੱਲ ਕਰੀਏ ਤੇ ਸਰਕਾਰ ਨੇ ਕਦੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ। ਸਰਕਾਰ ਕਹਿੰਦੀ ਹੈ ਕਿ ਜਿਹੜੇ ਸਿੱਖ ਨੇ ਹਿੰਦੂਆਂ ਚੋਂ ਪੈਦਾ ਹੋਏ ਤੇ ਗੁਰੂ ਪਿਆਰੇ ਇੱਕ ਸਵਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਰਿਆ ਕਰਦੇ ਸੀ। ਉਹ ਕਹਿੰਦੇ ਸੀ, ਜਾਂ ਤੇ ਇਹ ਗੱਲ ਕਹੋ ਕਿ ਸਿੱਖ ਇੱਕ ਵੱਖਰੀ ਕੌਮ ਨੇ, ਤੇ ਜੇ ਕਹਿੰਦੇ ਹੋ ਕਿ ਸਿੱਖ ਅੱਤਵਾਦੀ ਨੇ, ਫਿਰ ਤੁਸੀਂ ਇਹ ਕਹੋ, ਤੁਸੀਂ ਕਹਿੰਦੇ ਹੋ ਕਿ ਸਿੱਖ ਹਿੰਦੂਆਂ ਵਿੱਚੋਂ ਪੈਦਾ ਹੈ, ਫਿਰ ਤੁਸੀਂ ਇਹ ਗੱਲ ਕਹੋ ਕਿ ਹਿੰਦੂ ਅੱਤਵਾਦੀ ਨੇ, ਫਿਰ ਸਿੱਖ ਅੱਤਵਾਦੀ ਨਹੀਂ ਕਹਿ ਸਕਦੇ, ਕਿਉਂਕਿ ਫਿਰ ਤੇ ਅਸੀਂ ਹਿੰਦੂਆਂ ਚੋਂ ਪੈਦਾ ਹੋਏ। ਜਾਂ ਫਿਰ ਇੱਕ ਗੱਲ ਮੰਨ ਲਵੋ ਕਿ ਸਿੱਖ ਜਿਹੜੇ ਨੇ ਇੱਕ ਵੱਖਰੀ ਕੌਮ ਹੈ, ਪਰ ਗੁਰੂ ਪਿਆਰਿਓ ਸਾਨੂੰ ਵੱਖਰੀ ਕੌਮ ਮੰਨਣ ਤੋਂ ਵੀ ਇਸ ਦੇਸ਼ ਦੇ ਵਿੱਚ ਇਨਕਾਰ ਕਰ ਦਿੱਤਾ ਗਿਆ। ਸਾਡਾ ਬਣਦਾ ਹੱਕ ਸਾਨੂੰ ਕਦੇ ਨਾ ਦਿੱਤਾ। ਜਨਮ ਹੋਇਆ ਕਦੇ 84 ਦਾ ਕਾਂਡ ਜਿਹੜਾ ਨਾ ਭੁੱਲਣ ਯੋਗ ਹੈ, ਤੇ ਗੁਰੂ ਪਿਆਰਿਓ ਆ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਹੋਇਆ, ਅਸੀਂ ਦੇਖਦੇ ਤਖ਼ਤ ਤੇ ਬੈਠੀ ਜਿਹੜੀ ਸਰਕਾਰ ਉਹਨੂੰ ਅਸੀਂ ਸਿੱਖ ਦੇ ਰੂਪ ਵਿੱਚ ਦੇਖ ਰਹੇ ਹਾਂ, ਪਰ ਗੁਰੂ ਪਿਆਰਿਓ ਉਹਦੇ ਅੰਦਰ ਜਿਹੜਾ ਹੈ ਉਹ ਹਿੰਦੂ ਬੈਠਾ ਹੈ, ਉਹਦੇ ਅੰਦਰ RSS ਬੈਠੀ ਹੈ, ਉਹਦੇ ਅੰਦਰ ਕਦੇ ਕਦੇ ਮੈਨੂੰ ਲੱਗਦਾ ਵੀ ਉਹਨੇ ਦਿਖਾਵਾ, ਉਹਨੇ ਪਹਿਰਾਵਾ ਸਿੱਖ ਵਾਲਾ ਬਣਾ ਲਿਆ, ਪਰ ਉਹਦਾ ਅੰਦਰ ਨਹੀਂ ਬਦਲਿਆ, ਉਹਦਾ ਮਨ ਨਹੀਂ ਬਦਲਿਆ, ਉਹਨੂੰ ਗੁਰੂ ਦੇ ਨਾਲ ਕੋਈ ਪਿਆਰ ਨਹੀਂ, ਉਹਨੂੰ ਮਤਲਬ ਹੈ ਤੇ ਕੁਰਸੀ ਦੇ ਨਾਲ ਹੈ। ਪਰ ਗੁਰੂ ਪਿਆਰਿਓ ਅੱਜ ਲੋੜ ਹੈ ਸਾਨੂੰ ਏਕਤਾ ਦੀ, ਸਾਡੇ ਵਿੱਚ ਫੁੱਟ ਪੈ ਗਈ। ਜੇ ਕਿਤੇ ਸਾਡੇ ਵਿੱਚ ਫੁੱਟ ਨਾ ਹੁੰਦੀ ਤੇ ਗੁਰੂ ਪਿਆਰਿਓ ਕੋਈ ਤਾਕਤ ਨਹੀਂ ਸੀ ਜਿਹੜੀ ਸਾਨੂੰ ਦਬਾ ਸਕਦੀ, ਸਾਡੇ ਸਤਿਗੁਰ ਦੀ ਬੇਅਦਬੀ ਕਰ ਸਕਦੀ। ਇਹ ਕਾਰਨ ਹੈ ਸਾਡੀ ਫੁੱਟ। ਤੇ ਗੁਰੂ ਪਿਆਰਿਓ ਆਓ, ਆਹ ਜਿਹੜਾ ਪੰਥਕ ਇਕੱਠ ਹੈ ਇਹ ਦੁਨੀਆਂ ਨੂੰ ਦੱਸ ਰਿਹਾ ਕਿ ਭਾਵੇਂ ਤੁਸੀਂ ਆਪਣੀ ਜਿੰਨੀ ਮਰਜ਼ੀ ਵਾਹ ਲਾ ਲਵੋ, ਪਰ ਸਿੱਖ ਜਿਹੜੇ ਨੇ ਉਹ ਗੁਰੂ ਦਾ ਪਿਆਰ ਜਿੱਥੇ ਹੋਵੇ, ਜਿੱਥੇ ਗੁਰੂ ਦੀ ਗੱਲ ਆ ਜਾਵੇ, ਉੱਥੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਨੇ। ਉਂਝ ਭਾਵੇਂ ਇਹ ਵੱਖ ਵੱਖ ਹੀ ਰਹਿੰਦੇ ਹੋਣ, ਇਹਨਾਂ ਦੀ ਆਪਣੀ ਸੋਚ ਸ਼ਾਇਦ ਕਿਸੇ ਦੀ ਕੋਈ ਤੇ ਕਿਸੇ ਦੀ ਕੋਈ ਹੋਵੇ, ਪਰ ਜਿੱਥੇ ਗੁਰੂ ਦੀ ਗੱਲ ਆ ਜਾਵੇ ਉੱਥੇ ਸਿੱਖ ਕਦੇ ਵੀ ਪਿੱਛੇ ਨਹੀਂ ਹਟਦਾ। ਤੇ ਗੁਰੂ ਪਿਆਰਿਓ ਅੱਜ ਮੇਰੀ ਅਰਦਾਸ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ, ਸਤਿਗੁਰ ਕਿਰਪਾ ਕਰਨ ਸਾਡਾ ਆਹ ਜਿਹੜਾ ਮੋਰਚਾ ਹੈ, ਆਹ ਜਿਹੜੇ ਸਾਡੇ ਧਰਨੇ ਨੇ, ਇਹਨਾਂ ਨੂੰ ਕਾਮਯਾਬੀ ਮਿਲੇ, ਇਹਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾਵੇ, ਸਿੱਖ ਸੰਗਤਾਂ ਵੱਧ ਤੋਂ ਵੱਧ ਆ ਕੇ ਹਾਜ਼ਰੀ ਭਰਨ, ਤਾਂ ਕਿ ਗੁਰੂ ਪਿਆਰਿਓ ਸਰਕਾਰ ਦੇ ਕੰਨ ਖੁੱਲ ਸਕਣ, ਨਹੀਂ ਤੇ ਸਾਡੀ ਸਰਕਾਰ ਜਿਹੜੀ ਉਹ ਗੂੰਗੀ ਤੇ ਬੋਲੀ ਹੈ, ਉਹਨਾਂ ਦੇ ਕੰਨਾਂ ਤੇ ਛੇਤੀ ਕਿਤੇ ਜੁਮਰੀ ਸਰਕਦੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਬੜੀ ਵਾਹ ਲਾਈ ਸੀ, ਬੜਾ ਜ਼ੋਰ ਲਾਇਆ ਸੀ ਸਰਕਾਰ ਮੰਨ ਜਾਵੇ, ਪਰ ਗੁਰੂ ਪਿਆਰਿਓ ਸਾਡੀ ਕੌਮ ਦੇ ਵਿੱਚ ਜੇ ਕੁਰਬਾਨੀ ਕਰਨ ਵਾਲਿਆਂ ਦਾ ਘਾਟਾ ਨਹੀਂ ਤੇ ਗਦਾਰਾਂ ਦੀ ਵੀ ਕੋਈ ਕਮੀ ਨਹੀਂ, ਸਾਡੀ ਕੌਮ ਦੇ ਵਿੱਚ ਗਦਾਰ ਵੀ ਬੜੇ ਨੇ। ਪਰ ਪਿਆਰਿਓ ਉਹ ਕੌਮ ਸੀ ਸਿੱਧੀ, ਕਦੇ ਬਲਦੇਵ ਸਿੰਘ ਮਾਨ ਵਰਗਿਆਂ ਨੇ ਸਾਨੂੰ ਬਣ ਦੇ ਹੱਕ ਨਾ ਲੈਣ ਦਿੱਤੇ, ਤੇ ਗੁਰੂ ਪਿਆਰਿਓ ਕਦੇ ਆ ਬਾਦਲ ਵਰਗਿਆਂ ਨੇ ਆ ਕੇ ਕੁਰਸੀਆਂ ਦੇ ਲਾਲਚਾਂ ਦੇ ਵਿੱਚ ਸਾਡਾ ਸਾਰਾ ਕੁਝ ਜਿਹੜਾ ਖਤਮ ਕਰਨ ਤੇ ਤੁਲੇ ਹੋਏ ਨੇ। ਗੁਰੂ ਪਿਆਰਿਓ ਦੋ ਵੀਰ ਜਿਨ੍ਹਾਂ ਨੇ ਸ਼ਹਾਦਤ ਦੇ ਜੰਗ ਕੀਤੇ, ਜਿਨ੍ਹਾਂ ਨੇ 84 ਵਾਲੇ ਸ਼ਹਾਦਤ ਦੇ ਜੰਗ ਕੀਤੇ, ਉਦੋਂ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਈ ਥਾਵਾਂ ਤੇ ਹੋਈ, ਗੁਰਬਚਨਾ ਪਾਤੀ ਨਿਰੰਕਾਰੀ ਪੈਦਾ ਕੀਤਾ ਸਰਕਾਰ ਦੇ ਵੱਲੋਂ, ਇਹਨੇ ਆ ਕੇ ਵੀ ਸਾਡੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਤੇ ਪਿਆਰਿਓ ਬੇਅਦਬੀ ਵੀ ਇਸ ਢੰਗ ਦੇ ਨਾਲ ਕਰਦਾ ਹੈ, ਕਦੇ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਾਗਜ਼ਾਂ ਦਾ ਪਲੰਦਾ ਕਿਸ ਤੋਂ ਵੱਧ ਕੁਝ ਨਹੀਂ, ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੀੜੇ ਤੇ ਪ੍ਰਕਾਸ਼ ਕਰਕੇ ਆਪ ਕੁਰਸੀ ਤੇ ਬਹਿੰਦਾ, ਉਸ ਪੀੜੇ ਤੇ ਆਪਣੇ ਪੈਰ ਰੱਖਦਾ, ਇੰਨੀ ਤੋਹੀਨ ਕਰਦਾ। ਉਦੋਂ ਵੀ ਸਿੰਘਾਂ ਨੇ ਜਾ ਕੇ ਇਹਨੂੰ ਸ਼ਾਂਤਮਈ ਢੰਗ ਦੇ ਨਾਲ ਰੋਕਣ ਦਾ ਯਤਨ ਕੀਤਾ ਸੀ, ਪਰ ਪਤਾ ਨਹੀਂ ਪਾਪੀਆਂ ਨੂੰ ਡਰ ਕਿਉਂ ਨਹੀਂ ਲੱਗਦਾ, ਕਿਉਂਕਿ ਗੁਰੂ ਪਿਆਰਿਓ ਪਾਪੀਆਂ ਤੇ ਮਾਰਨੇ ਕੋ ਪਾਪ ਮਹਾਂਬਲੀ ਹੈ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬਹੁਤ ਬੁਰਾ ਹੈ ਪਰ ਪਾਪੀ ਨੂੰ ਚੰਗਾ ਲੱਗਦਾ ਹੈ। ਤੇ ਗੁਰੂ ਪਿਆਰਿਓ ਇੱਕ ਗੱਲ ਯਾਦ ਰੱਖਣ ਇਹ ਲੋਕ ਕਿ ਰੱਬ ਦੀ ਚੱਕੀ ਚੱਲਦੀ ਬਹੁਤ ਹੌਲੀ ਹੌਲੀ ਹੈ, ਪਰ ਪੀਸ ਵੀ ਬੜਾ ਬਰੀਕ ਹੈ। ਜਿੱਦਣ ਰੱਬ ਦੀ ਚੱਕੀ ਦੇ ਵਿੱਚ ਇਹ ਦੁਸ਼ਮਣ ਪਿੱਛੇ ਜਾਣਗੇ,
ਕਦਾ ਫਿਰ ਲੱਗਣਾ ਹੈ। ਉਹ ਗੁਰੂ ਪਿਆਰਿਓ ਅਸੀਂ ਉਹਨਾਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਹੈ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਣਾ ਹੈ, ਜਿਹੜੇ ਸੂਰਮਿਆਂ ਨੇ ਉਹਨਾਂ ਦੇ ਨਾਲ ਸ਼ਹਾਦਤ ਦੇ ਜਾਮ ਪੀਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਹੈ। ਤੇ ਗੁਰੂ ਪਿਆਰਿਓ ਇਸ ਵਿਸ਼ੇ ਨੂੰ ਪੇਸ਼ ਕਰਦੀ ਹੋਈ ਇਸ ਵਿਸ਼ੇ ਨੂੰ ਛੂੰਹਦੀ ਹੋਈ ਕਵਿਤਾ ਤੁਹਾਡੀ ਜਥਾ ਦੀ ਸੇਵਾ ਦੇ ਵਿੱਚ ਬਿਆਨ ਕਰ। ਲੱਗ
ਕੇ ਹੋ ਗਿਆ ਖੁਸ਼ਕ ਕੁੱਜਾ ਤੇ ਸੀਮੈਂਟ ਲੱਗ ਕੇ ਬੋਰੀ ਠੰਗੀ ਹੋ ਗਈ। ਚਾਲ ਬਾਜ ਮਨੀਮ ਦੀ ਚਾਲ ਦੇਖੋ, ਝੱਟ ਏਕੇ ਤੋਂ ਬਦਲ ਕੇ ਬਿੰਦੀ ਹੋ ਗਈ। ਰਾਤੀ ਸੁੱਤੇ ਪੰਜਾਬੀ ਵਿੱਚ ਟੋਕ ਮੰਗਦੇ, ਦਿਨ ਚੜਿਆ ਪੰਜਾਬੀ ਦੀ ਹਿੰਦੀ ਹੋ ਗਈ। ਹੋਇਆ ਮਾਂ ਦਾ ਦੁੱਧ ਸੁਖੀ ਤਾਂ ਨਹੀਂ, ਧੀ ਤਾਈ ਨੂੰ ਮਾਂ ਤੋਂ ਸਿੰਧੀ ਹੋ ਗਈ। ਜਿਵੇਂ ਆਉਣਾ ਏ ਸਾਹਮਣੇ ਆਏ ਸਾਡੇ, ਨਹੀਂ ਬਗਲ ਵਿੱਚ ਛੁਰਾ ਲੁਕਾਉਣ ਦੇਣਾ। ਦਾ ਸਾਰੇ ਜਮਾਨੇ ਨੂੰ ਲਾਓ ਬੀਬਾ, ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ। ਸੋਨਾ ਜਰਾ ਪਿਆਰ ਦੇ ਨਾਲ ਸਾਡੀ ਗੱਫਾ ਅਗਲੀਆਂ ਲਾਈਨਾਂ ਸਤਿਕਾਰ ਦੇ ਵਿੱਚ, ਜਿਹਨਾਂ ਦੇ ਪਿਆਰ ਦੇ ਵਿੱਚ ਸਿੱਖ ਪੰਥ ਇੱਕ ਪਲੇਟਫਾਰਮ 'ਤੇ ਇਕੱਠਾ ਹੋ ਕੇ ਬੈਠਾ, ਉਹ ਸਤਿਗੁਰੂ ਗ੍ਰੰਥ ਸਾਹਿਬ ਜਿਹਦੇ ਘਰ ਦੇ ਵਿੱਚ ਦੋਈ ਅਤੇ ਦਵੈਤ ਨਹੀਂ, ਇੱਥੇ ਆਏ ਨੂੰ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਤੇਰੀ ਕਿਹੜੀ ਜਾਤ ਹੈ, ਕਿਹੜਾ ਗੋਤ ਹੈ, ਕਿਹੜਾ ਵਰਗ ਹੈ, ਕਿਹੜਾ ਮਜ਼ਹਬ ਹੈ। ਪੂਰੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੇ ਸਤਿਗੁਰੂ ਗ੍ਰੰਥ ਸਾਹਿਬ, ਇੱਕ ਗੁਰੂ ਪਿਆਰਿਓ ਸਮਝ ਨਹੀਂ ਆਈ ਦੁਨੀਆਂ ਦੀ ਦੁਸ਼ਮਣੀ ਕੀ ਹੈ ਸਾਡੀ ਸਤਿਗੁਰਤੀ ਨਾਲ। ਕਦੇ ਕਦੇ ਮਨ ਦੇ ਵਿੱਚ ਇੰਝ ਖਿਆਲ ਆਉਂਦਾ ਸ਼ਾਇਦ ਦੁਨੀਆਂ ਸੋਚਦੀ ਹੈ ਗੁਰੂ ਨਾਨਕ ਦੇ ਘਰ ਵਿੱਚੋਂ ਸੱਚ ਦੀ ਆਵਾਜ਼ ਆਉਂਦੀ, ਇਹਨੂੰ ਬੰਦ ਕੀਤਾ ਜਾਵੇ। ਪਰ ਗੁਰੂ ਪਿਆਰਿਓ, ਐਸੀ ਆਵਾਜ਼ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਦੀ, ਇਹਨੂੰ ਕੋਈ ਬੰਦ ਕਰਨ ਵਾਲੀ ਸ਼ਕਤੀ ਪੈਦਾ ਨਹੀਂ ਹੋਈ ਦੁਨੀਆਂ ਦੇ ਵਿੱਚ ਜਿਹੜੀ ਇਹਨੂੰ ਬੰਦ ਕਰ ਸਕੇ। ਗੁਰੂ ਦੇ ਨਾਲ ਪਿਆਰ ਸਿੱਖ ਸੰਗਤਾਂ ਦਾ, ਗੁਰੂ ਨੂੰ ਮੰਨਣ ਵਾਲਿਆਂ ਦਾ ਇੰਨਾ ਕੁ ਜ਼ਿਆਦਾ, ਉਹ ਚੰਨ ਦੀਆਂ ਬਾਜ਼ੀਆਂ ਲਾ ਦੇਣਗੇ ਪਰ ਕਦੇ ਪਿੱਛੇ ਨਹੀਂ ਹਟਣਗੇ। ਪਰ ਪਿਆਰਿਓ, ਦੁਨੀਆਂ ਦੇ ਵਿੱਚ ਜਿਉਣਾ ਵੀ ਅਣਖ ਦਾ ਜਿਉਣਾ ਹੈ ਗੁਰੂ ਪਿਆਰਿਓ, ਜ਼ਮੀਨ ਮਾਰ ਕੇ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ, ਉਹ ਤੇ ਮੌਤ ਦੇ ਬਰਾਬਰ ਹੈ। ਰਾਹ ਚੋਂ ਮੰਜ਼ਿਲ ਦਾ ਭਾਲਦੇ ਨੇ, ਆਪਣੇ ਸਿਰਾਂ ਉੱਤੇ ਕਫਨ ਬੰਨ ਲੈਂਦੇ ਤੇ ਜਿੰਦ ਸੱਚ ਦੇ ਸਾਂਚੇ ਵਿੱਚ ਢਾਲਦੇ ਨੇ। ਦੁੱਧ ਮਾਵਾਂ ਦੇ ਉਹ ਹੀ ਸਫਲ ਕਰਦੇ ਜਿਹਦੇ ਜਿਹੜੇ ਕੌਮ ਲਈ ਘਾਲਣਾ ਢਾਲਦੇ ਨੇ। ਸੱਚਾ ਸਿੱਖ ਹੈ ਉਹੀ ਅਖਵਾ ਸਕਦਾ, ਅੱਜੇ ਦੀ ਕੌਮ ਲਈ ਖੋਲਦੀ ਰੱਤ ਹੋਵੇ। ਉਸ ਬੰਦੇ ਦਾ ਜੱਗ ਤੇ ਜਿਉਣ ਕਾਹਦਾ ਜਿਹਦੀ ਗੈਰਾਂ ਦੇ ਹੱਥ ਵਿੱਚ ਪੱਤ ਹੋਵੇ। ਗੁਰੂ ਪਿਆਰਿਓ, ਸਿੱਖ ਨੇ ਜ਼ਮੀਰ ਮਾਰ ਕੇ ਜਿਉਣਾ ਨਹੀਂ ਸਿੱਖਿਆ ਸਿੱਖਿਆ ਸਿੱਖ ਗੈਰਤ ਦੇ ਨਾਲ ਜਿਉਂਦਾ, ਅਣਖ ਦੇ ਨਾਲ ਜਿਉਂਦਾ, ਸੱਚ ਤੇ ਪਹਿਰਾ ਦਿੰਦਾ, ਆਪਣੇ ਗੁਰੂ ਨੂੰ ਪਿਆਰ ਕਰਦਾ, ਆਪਣੇ ਗੁਰੂ ਦੀ ਬਾਣੀ ਪੜ੍ਹਦਾ ਹੋਇਆ ਜਿਉਂਦਾ ਹੈ। ਇਤਿਹਾਸ ਦਾ ਮਾਣ ਕਰਦਿਆਂ, ਸਤਿਕਾਰ ਕਰਦਿਆਂ ਸਮੁੱਚੀਆਂ ਸੰਗਤਾਂ ਵੱਲੋਂ, ਮੇਰੇ ਵੀਰਾਂ ਵੱਲੋਂ, ਮੇਰੇ ਬਜ਼ੁਰਗਾਂ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਆਸ਼ੀਰਵਾਦ ਦੇ ਕੇ ਨਵਾਜਿਆ ਗਿਆ ਹੈ। ਬਹੁਤ ਹੀ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਕੌਮ ਦੇ ਲੀਡਰ, ਕੌਮ ਦੇ ਜਥੇਦਾਰ ਧਿਆਨ ਸਿੰਘ ਜੀ ਮੰਡ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰਾ ਪੰਥ
ਇਸ ਪਲੇਟਫਾਰਮ ਤੇ ਇਕੱਠਾ ਹੁੰਦਾ ਉਹਨਾਂ ਵੱਲੋਂ ਬਹੁਤ ਬਹੁਤ ਮਾਣ ਦੇ ਕੇ ਸਤਿਕਾਰ ਦੇ ਕੇ ਨਵਾਜਿਆ ਗਿਆ। ਗੁਰੂ ਪਿਆਰਿਓ ਇਹ ਸੋਚ ਕੇ ਨਹੀਂ ਸੀ ਆਏ ਕਿ ਅਸੀਂ ਸਟੇਜ ਤੇ ਕੋਈ ਢਾਡੀ ਵਾਰ ਕੋਈ ਕਵਿਤਾ ਸੰਗਤ ਦੇ ਨਾਲ ਸਾਂਝੀ ਕਰਾਂਗੇ, ਸਿਰਫ ਤੇ ਸਿਰਫ ਲਵਾ ਸਕੀਏ ਭਾਵੇਂ ਥੋੜਾ ਸਮਾਂ ਹੋਵੇ, ਸਾਡੀ ਹਾਜ਼ਰੀ ਸਤਿਗੁਰੂ ਦਰ ਤੇ ਪ੍ਰਵਾਨ ਕਰਨ। ਕੀ ਪਤਾ ਹੈ ਕਿਤੇ ਇੱਕ ਪਲ ਵੀ ਸਾਡਾ ਇੱਥੇ ਆਉਣਾ ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ, ਇਹ ਸੋਚ ਕੇ ਆਏ ਸੀ। ਸਤਿਗੁਰ ਨੇ ਕਿਰਪਾ ਕੀਤੀ, ਤੁਸੀਂ ਮਾਣ ਦਿੱਤਾ, ਬਾਬਾ ਜੀ ਹੋਰਾਂ ਨੇ ਮਾਣ ਦਿੱਤਾ, ਮੰਡ ਸਾਹਿਬ ਹੋਣਾ ਨੇ ਮਾਣ ਦਿੱਤਾ, ਸੁੱਚੀਆਂ ਸੰਗਤਾਂ ਨੇ ਮਾਣ ਦਿੱਤਾ, ਕੁਝ ਸੇਵਾ ਦਾਸ ਦੇ ਜੱਥੇ ਤੋਂ ਕੋਲੋਂ ਲਈ। ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ। ਸਤਿਗੁਰ ਦੇ ਅੱਗੇ ਅਰਦਾਸ ਹੈ ਜੋ ਇਹ ਮੋਰਚਾ ਲਗਾਇਆ ਹੈ, ਜੋ ਇਹ ਧਰਨਾ ਇਹਨੂੰ ਕਿਹਾ ਜਾਂਦਾ ਹੈ, ਇਸ ਮੋਰਚੇ ਦੇ ਵਿੱਚ ਜਿੰਨੀ ਸੰਗਤ ਬੈਠੀ ਹੈ ਸਭ ਦੀਆਂ ਅਰਦਾਸਾਂ ਸਤਿਗੁਰੂ ਪ੍ਰਵਾਨ ਕਰਨ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ, ਇਸ ਅੰਨੇ ਬੋਲੇ ਕਾਨੂੰਨ ਦੇ ਕੰਨਾਂ 'ਤੇ ਕਿਤੇ ਜੂੰ ਸਰਕ ਸਕੇ, ਕਿਤੇ ਇਹਨਾਂ ਨੂੰ ਪਤਾ ਲੱਗ ਸਕੇ, ਸਾਡੀ ਆਵਾਜ਼ ਇਹਨਾਂ ਤੱਕ ਪਹੁੰਚ ਸਕੇ। ਗੁਰੂ ਪਿਆਰਿਓ ਇਸ ਮੋਰਚੇ ਦਾ ਮਤਲਬ ਹੀ ਇਹ ਹੈ, ਸਿੱਖ ਕਦੇ ਵੀ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਦਾ, ਪਰ ਦੂਸਰੀ ਗੱਲ ਇਹ ਹੈ ਕਿ ਸਿੱਖ ਕਦੇ ਜ਼ੁਲਮ ਸਹਿੰਦਾ ਵੀ ਨਹੀਂ, ਨਾ ਹੀ ਤਾਂ ਸਿੱਖ ਕਿਸੇ ਦੇ ਧਾਰਮਿਕ ਗ੍ਰੰਥ ਦੀ ਕਦੇ ਬੇਅਦਬੀ ਕਰਦਾ, ਨਾ ਉਹਦੇ ਖਿਲਾਫ਼ ਕੋਈ ਸ਼ਬਦ ਅਪਸ਼ਬਦ ਬੋਲਦਾ, ਅਤੇ ਨਾ ਹੀ ਆਪਣੇ ਗੁਰੂ ਸਾਹਿਬਾਨ ਦੀ ਬੇਅਦਬੀ ਤਹੀਨ ਸਹਿਣ ਕਰ ਸਕਦਾ। ਮੈਂ ਇੱਕ ਬੇਨਤੀ ਕਰਾਂ ਇਸ ਦੁਨੀਆਂ ਦੇ ਲੋਕਾਂ ਨੂੰ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ, ਆਪਣੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰੋ, ਪਰ ਦੂਸਰੇ ਦੇ ਧਰਮ ਦੀ ਨਾ ਨਿੰਦਾ ਕਰੋ ਅਤੇ ਨਾ ਬੇਅਦਬੀ ਕਰਨ ਦਾ ਯਤਨ ਕਰੋ। ਗੁਰੂ ਪਿਆਰਿਓ ਪਤਾ ਨਹੀਂ ਜ਼ਿੰਦਗੀ ਕਿੰਨੇ ਦਿਨਾਂ ਦੀ ਹੈ, ਪਰਮਾਤਮਾ ਨੇ ਜੋ ਜੀਵਨ ਦਿੱਤਾ ਹੈ ਉਸ ਰੱਬ ਦੀ ਬੰਦਗੀ ਕਰਦਿਆਂ ਗੁਜ਼ਾਰ ਜਾਈਏ। ਮੇਰੇ ਸਤਿਗੁਰ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਰੱਬ ਦੀ ਰਜ਼ਾ ਦੇ ਵਿੱਚ ਜਿਉਣਾ ਹੈ, ਅਤੇ ਨਾਲ ਸਾਨੂੰ ਸਤਿਗੁਰੂ ਹੱਥ ਦੇ ਵਿੱਚ ਤੇਗ ਵੀ ਫੜਾਂਗੇ ਕਿ ਜੇ ਜ਼ੁਲਮ ਕੋਈ ਕਰੇ ਫਿਰ ਜ਼ੁਲਮ ਸਹਿਣਾ ਨਹੀਂ। ਤੁਹਾਨੂੰ ਅੱਖ ਮਾਰੇ ਜਾਂ ਸੱਟ ਹੋਈ ਉਹਨੂੰ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ, ਉਸ ਵੇਲੇ ਕੋਈ ਜੰਮ ਦਾ ਸ਼ੇਰ ਨਲੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ, ਦੇਸ਼ ਕੌਮ ਲਈ ਮਰਨ ਦਾ ਪਾਕ ਜਜ਼ਬਾ ਕੌਮੀ ਦਿਲਾਂ ਅੰਦਰ ਆਪਣੇ ਆਪ ਹੁੰਦਾ, ਜ਼ੁਲਮ ਕਰਨਾ ਹੁੰਦਾ ਪਾਪ ਜੇਕਰ, ਤੇ ਜ਼ੁਲਮ ਝੱਲਣਾ ਵੀ ਮਹਾਂ ਪਾਪ ਹੁੰਦਾ ਹੈ। ਸਮੁੱਚੀ ਸੰਗਤ ਦਾ ਧੰਨਵਾਦ, ਸਾਡੇ ਆਗੂਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ ਆਗੂ ਤਾਂ ਸਾਡੇ ਕੋਲ ਹੈ, ਪਰ ਸਾਨੂੰ ਹੁਣ ਲੋੜ ਹੈ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ। ਕਦੇ ਕਦੇ ਤਾਂ ਇੰਝ ਲੱਗਦਾ ਸ਼ਾਇਦ ਸਾਡੇ ਕੋਲ ਧਾਰਮਿਕ ਆਗੂ ਨਹੀਂ, ਪਰ ਆਸ ਦੇਖ ਕੇ ਸੀਨ ਇੰਝ ਲੱਗਦਾ ਸਾਡੇ ਕੋਲ ਆਗੂ ਤਾਂ ਹੈਨ, ਪਰ ਸਾਨੂੰ ਹੁਣ ਆਪਣੀ ਸੋਚ ਜਿਹੜੀ ਸਭ ਨੂੰ ਇੱਕੋ ਜਿਹੀ ਕਰਨ ਦੀ ਜ਼ਰੂਰਤ ਹੈ, ਉਹ ਦਿਨ ਦੂਰ ਨਹੀਂ ਸਾਡੀ ਮੰਜ਼ਿਲ ਸਾਨੂੰ ਮਿਲੇ। ਗੁਰੂ ਪਿਆਰਿਓ ਖਾਲਿਸਤਾਨ 'ਤੇ ਬਣ ਜਾਣਾ ਸੀ ਜੇ ਆ ਕੌਲੀ ਚੱਕ ਨਾ ਹੁੰਦੇ, ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਕਦੇ ਕਦਾਰਾਂ ਨੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਵੀ ਇਹਨੂੰ ਖਤਮ ਕਰੋ, ਇਹਦੀ ਸੋਚ ਨੂੰ ਖਤਮ ਕਰੋ, ਸਿੱਖ ਸ਼ਹਿਰ ਆਪਣੇ ਆਪ ਖਤਮ ਹੋ ਜਾਣਗੇ। ਤਾਂ ਹੀ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਹਮਲੇ ਕੀਤੇ ਜਾਂਦੇ ਨੇ। ਗੁਰੂ ਪਿਆਰਿਓ ਹੋਰ ਕਿਸੇ ਧਾਰਮਿਕ ਗ੍ਰੰਥ 'ਤੇ ਹਮਲਾ ਕਿਉਂ ਨਹੀਂ ਹੁੰਦਾ, ਹੋਰ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਿਉਂ ਨਹੀਂ ਹੁੰਦੀ? ਇਕੱਲਾ ਸਿੱਖ ਕੌਮ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਉਹਦੀ ਹੀ ਤੁਹੀਨ ਕਿਉਂ ਕੀਤੀ ਜਾਂਦੀ ਹੈ? ਇਹਦਾ ਮਤਲਬ ਦੁਸ਼ਮਣ ਜਿਹੜਾ ਹੈ ਉਹ ਸਾਨੂੰ ਚਿੰਤਾ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਉਹ ਸਾਡੀ ਸੋਚ ਨੂੰ ਵੀ ਮਾਰਨਾ ਚਾਹੁੰਦਾ ਹੈ, ਸਾਡੇ ਸਰੀਰ ਨੂੰ ਵੀ ਮਾਰਨਾ ਚਾਹੁੰਦਾ ਹੈ। ਸਾਡੀ ਸੋਚ ਜਿਹੜੀ ਹੈ ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਚੱਲਦੀ ਹੈ, ਉਹਨਾਂ ਨੂੰ ਪਤਾ ਜਿੰਨਾ ਚਿਰ ਇਹਨਾਂ ਕੋਲ ਗੁਰਬਾਣੀ ਹੈ ਉਹਨਾਂ ਚਿਰ ਸਾਡੀ ਈਨ ਨਹੀਂ ਮੰਨ ਸਕਦੇ, ਸਾਡੇ ਦਬਕੇ ਦੇ ਥੱਲੇ ਰਹਿ ਨਹੀਂ ਸਕਦੇ ਜਿਹਨਾਂ ਨੂੰ ਦਬਾ ਕੇ ਰੱਖਣਾ, ਅਤੇ ਇਹਨਾਂ ਦੀ ਜਿਹੜੀ ਅਸਲੀ ਸੋਚ ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਉਹਨੂੰ